ਤੱਕ ਲੁੱਟ ਲਿਆ ਪਾਂਚ ਪਤੀ ਨੂੰ, ਦੱਸਿਓ ਸੱਚ ਸੱਚ ਦੱਸਣਾ, ਕੈਮਰੇ ਦੇ ਅੱਗੇ ਕੋਈ ਝੂਠ ਨਹੀਂ ਬੋਲੇਗਾ। ਓਕੇ, ਬਹੁਤ ਲੁੱਟਿਆ। ਫਿਰ ਵੀ ਪਤੀ ਨੇ ਕਿਹਾ ਕਿ ਯਾਰ ਇੰਨੇ ਚ ਤਾਂ ਬੰਦੇ ਦਾ ਸਟੰਟ ਪੈ ਜਾਂਦੇ। ਸੀ ਵਾਈਫ ਯਰ ਹਸਬੈਂਡ? ਨਹੀਂ ਨਹੀਂ, ਇਹ ਹਸਬੈਂਡ ਹੈ ਮੇਰਾ। ਸੋ ਕਿੰਨਾ ਕੁ ਖਰਚਾ ਆ ਗਿਆ? ਖਰਚਾ ਇਹ ਤਾਂ ਮੇਰੇ ਹਸਬੈਂਡ ਨੂੰ ਪਤਾ। ਹੁਣ ਕਹਿੰਦੇ ਕਿ FD ਤੋੜਨੀ ਪੈਣੀ ਹੈ। ਜੋ ਮਰਜ਼ੀ ਹੋ ਜਾਵੇ, ਮੈਨੂੰ ਤਾਂ ਇਵੇਂ ਨਹੀਂ ਹੈ ਕਿ ਜੇ ਸੋ ਗਏ ਨਾ ਮੈਂ ਉਠਾ ਕੇ, ਨਹੀਂ ਯਾਰ ਮੈਂ ਉਠਾ ਕੇ ਉਠਾ ਕੇ ਲੜਾਉਣਾ ਹੈ। ਬਿੰਦੀ ਐਂਡ ਮਸਕਾਰਾ, ਮਤਲਬ ਮਸਕਾਰਾ ਤੇ ਬਾਅਦ ਆਇਆ, ਔਰ ਕਮਰਬੰਦ ਮੈਂ ਕਾਫੀ ਦੱਸਦੇ। 16 ਕੰਪਲੀਟ ਹੋ ਗਈ, 16 ਤੋਂ ਜ਼ਿਆਦਾ ਹੋ ਗਏ। ਚੁੱਕੀਆਂ ਨੇ ਤਿਉਹਾਰਾਂ ਦੀਆਂ ਰੌਣਕਾਂ, ਕਰਵਾ ਚੌਥ। ਔਰ ਨੋਰਮਲੀ ਹਾਸੇ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕਰਵਾ ਚੌਥ ਮਤਲਬ ਪਤੀ ਦੀ ਵੈਲਿਡਿਟੀ ਵਧਾਉਂਦਾ ਹੈ ਅਗਲੇ ਸਾਲ ਦੇ ਲਈ। ਸੋ ਜੀ, ਜੋ ਵੀ ਆ ਤੁਸੀਂ ਹਾਸਾ ਕਹੋ, ਮਜ਼ਾਕ ਕਹੋ, ਲੇਕਿਨ ਇਹੀ ਉਹ ਇੱਕ ਦਿਨ ਹੈ ਜਿਸ ਦਿਨ ਪਤੀ ਪਤਨੀ ਦਾ ਪਿਆਰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਪਤਨੀਆਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੇ ਲਈ ਤਿਆਰ ਹੁੰਦੀਆਂ ਨੇ, ਨਿਰਜਲਾ ਵਰਤ ਰੱਖਦੀਆਂ ਨੇ, ਔਰ ਨਾਲ ਦੇ ਨਾਲ ਆਪਣੇ ਪਤੀ ਦੀ ਲੰਬੀ ਉਮਰ ਦੀ ਅਰਦਾਸ ਵੀ ਕਰਦੀਆਂ ਨੇ। ਸੋ ਦੇਖ ਪਾ ਰਹੇ ਹੋ ਤੁਸੀਂ, ਮਾਰਕੀਟ ਦੇ ਵਿੱਚ ਲੱਗ ਚੁੱਕੀਆਂ ਨੇ ਰੌਣਕਾਂ, ਮੋਲ ਭਾਵ ਹੋ ਰਹੇ ਨੇ, ਮਹਿੰਦੀ ਦੇ ਡਿਜ਼ਾਈਨ ਲੱਗ ਰਹੇ ਨੇ, ਅਤੇ ਨਾਲ ਦੇ ਨਾਲ ਲੇਡੀਜ਼ ਜਿਹੜੀਆਂ ਨੇ ਉਹਨਾਂ ਦੀ ਸ਼ੋਪਿੰਗ ਵੀ ਭਰਪੂਰ ਜਾ ਰਹੀ ਹੈ। ਚਲਾਓ ਫਿਰ ਗੱਲਬਾਤ ਕਰਦੇ ਹਾਂ ਜੀ। ਹਾਂਜੀ ਮੈਮ, ਵਰਤ ਦੀ ਤਿਆਰੀ ਪੂਰੀ ਪੂਰੀ? ਹਾਂਜੀ ਹਾਂਜੀ ਪੂਰੀ। ਕਿਆ ਬਾਤ ਹੈ, ਬੜਾ ਭਰਵਾਂ ਡਿਜ਼ਾਈਨ ਲਗਵਾ ਰਹੇ ਹਨ। ਬਹੁਤ ਅੱਛਾ ਡਿਜ਼ਾਈਨ ਲਗਾਇਆ ਇਹਨਾਂ ਨੇ। ਵਾਹ ਜੀ ਵਾਹ, ਕਿਆ ਬਾਤ ਹੈ। ਅੱਛਾ ਭਈਆ, ਕਿਸ ਤਰ੍ਹਾਂ ਲਾਇਆ ਰੇਟ? ਇਸਕਾ ਦੋਨੋਂ ਹਾਥੋਂ ਕਾ 700 ਰੁਪਏ ਜੀ। 700 ਰੁਪਿਆ? ਬੱਲੇ ਬੱਲੇ ਬੱਲੇ। ਅੱਛਾ, ਕਰਵਾ ਚੌਥ ਵਾਲੇ ਦਿਨ ਹੀ ਆ, ਉਸ ਤੋਂ ਇੱਕ ਦਿਨ ਪਹਿਲਾਂ ਕਿੰਨਾ ਰੇਟ ਹੈ ਜੀ? ਕੱਲ ਕਾ ਤਾਂ 1000 ਰੁਪਏ 1500 ਰਹੇਗਾ। ਅੱਛਾ, ਪਤਾ ਹੀ ਇੱਕ ਦਿਨ ਪਹਿਲਾਂ ਲਵਾ ਲਈ? ਹਾਂਜੀ ਹਾਂਜੀ, ਹੈ ਨਾ, ਅੱਜ ਘੱਟ ਰੇਟ ਹੈ। ਅੱਜ ਘੱਟ ਰੇਟ ਹੈ, ਹੈ ਨਾ, ਪਤੀ ਦੇ ਥੋੜੇ ਪੈਸੇ ਬਚਾਉਣੇ ਹੈ, ਹੈ ਨਾ। ਉਹਨਾਂ ਦੇ ਤਾਂ ਵੀ ਨਹੀਂ ਬਚਨੇ, ਤਾਂ ਵੀ ਨਹੀਂ ਬਚਨੇ। ਕਿੰਨੇ ਸਾਲ ਹੋ ਗਏ ਵਰਤ ਰੱਖਦੇ ਆ? 32 ਸਾਲ। 32 ਸਾਲ, ਕੀ ਬਾਤ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਸੁਹਾਗ ਦੀਆਂ 5 ਨਿਸ਼ਾਨੀਆਂ ਕਿਹੜੀਆਂ? ਮਹਿੰਦੀ, ਚੂੜੀ, ਸਿੰਦੂਰ, ਬਿੰਦੀ, ਪਾਇਲ। ਕੀ ਬਾਤ ਹੈ ਜੀ। ਸੋ ਕਪਲ ਕਿੰਨੀ ਦੇਰ ਹੋ ਗਈ ਵਿਆਹ ਨੂੰ? 1.5 ਸਾਲ। 1.5 ਸਾਲ ਇਕੱਠੇ ਹੀ ਬੋਲੇ ਹੈ? ਸਹੀ ਬੋਲੇ ਹੈ ਨਾ ਜੀ। ਕੀ ਬਾਤ ਹੈ ਜੀ। ਲਵ ਔਰ ਅਰੇਂਜ? ਅਰੇਂਜ ਸੀ, ਲਵ ਹੋ ਗਿਆ ਨਾਲ। ਕੀ ਬਾਤ ਹੈ ਜੀ। ਅੱਛਾ, ਕਿਹੜੀ ਤੁਹਾਨੂੰ ਜੋ ਚੀਜ਼ ਹੈ ਆਪਣੇ ਪਤੀ ਦੇ ਵਿੱਚ ਸਭ ਤੋਂ ਬੈਸਟ ਲੱਗਦੀ ਹੈ? ਸਭ ਕੁਛ ਕੋਈ ਇੱਕ ਚੀਜ਼ ਲਾਈਕ ਹੀ ਇਜ਼ ਵੈਰੀ ਕੇਅਰਿੰਗ ਔਰ ਅਫੈਕਸ਼ਨੇਟ ਲਵਿੰਗ
ਬਸ ਹਰ ਜਿੱਦ ਪੁਗਾਉਂਦੇ ਆ ਉਹ ਜਾਂ ਫਿਰ ਹਾਂ ਜੋ ਮੈਂ ਕਹਿੰਦਾ ਉਹ ਨਾਲ ਦੀ ਨਾਲ ਪੂਰੀ ਕਰਦੇ ਆ ਕਰਦਾ ਪੂਰੀ ਹੈ ਥੋੜਾ ਜਿਹਾ ਟਾਈਮ ਪਾ ਦਿੰਦਾ ਕਿ ਹਜੇ ਨਹੀਂ ਆਪਾਂ ਕਰ ਲਾਂਗੇ ਪਰ ਹੋ ਜਾਂਦੀ ਪੂਰੀ ਹੋ ਜਾਂਦੀ ਹੈ ਕੀ ਬਾਤ ਹੈ ਜੀ ਮਤਲਬ ਤੁਹਾਨੂੰ ਯਾਦ ਰਹਿੰਦਾ ਹੈ ਨਾ ਓਬਵੀਅਸ ਜੋ ਉਹਨਾਂ ਨੇ ਕਿਹਾ ਮੈਂ ਭੁੱਲ ਜਾਏ ਖੁਦ ਹੀ ਪੂਰੀ ਕਰ ਦਿੰਦੇ ਆ ਓਕੇ ਸੋ ਵਰਸਟ ਚੀਜ਼ ਕੀ ਲੱਗਦੀ ਹੈ ਕਿ ਉਹ ਇਹਨੂੰ ਚੇਂਜ ਕਰਨਾ ਹੈ ਗੁੱਸਾ ਮਤਲਬ ਕਈ ਵਾਰ ਵੱਡੀ ਤੋਂ ਵੱਡੀ ਚੀਜ਼ ਵੀ ਇਗਨੋਰ ਕਰ ਦਿੰਦੇ ਆ ਕਈ ਵਾਰ ਨਿੱਕੀ ਜਿਹੀ ਚੀਜ਼ ਨੂੰ ਲੈ ਕੇ ਬਸ ਤੋਂ ਇਦਾਂ ਕਿਉਂ ਕਰ ਦਿੱਤਾ ਉਦਾਂ ਕਿਉਂ ਕਰਦਾ ਬਸ ਉੱਥੇ ਹੀ ਹੋ ਜਾਂਦਾ ਹੁੰਦੀ ਆ ਮਾੜਾ ਮੋਟਾ ਥੋੜੀ ਬਹੁਤ ਓਕੇ ਮਨਾਉਂਦਾ ਕੌਣ ਹੈ ਪਹਿਲਾਂ ਲੜਦਾ ਵੀ ਕਈ ਵਾਰ ਮੈਂ ਮਨਾਣਾ ਵੀ ਮੈਂ ਹੁੰਦਾ ਓਕੇ ਓਕੇ ਹਥਿਆਰ ਸੁੱਟ ਦਿੰਦੇ ਹੋ ਤੁਸੀਂ ਮੈਡਮ ਸੁੱਟਣਾ ਹੀ ਪੈਂਦਾ ਫਿਰ ਰੋਟੀ ਵੀ ਖਾਣੀ ਹੈ ਕਿੰਨਾ ਖਰਚਾ ਕਰਾਇਆ ਮੈਡਮ ਨੇ ਐਤਕੀ ਇਹ ਹੁਣ ਕਹਿੰਦੇ ਕਿ FD ਤੋੜਨੀ ਪੈਣੀ ਹੈ ਬੈਂਗਲਸ ਸਿੰਦੂਰ ਮੰਗਲ ਸੂਤਰ ਪਾਇਲ ਪੰਜਵੀ ਮਹਿੰਦੀ ਪ੍ਰੋਪਰ ਰਿਚੁਅਲਸ ਨਹੀਂ ਪਤਾ ਬਟ ਇੰਜੋਏ ਪੂਰਾ ਕਰਨਾ ਖਰਚਾ ਪੂਰਾ ਕਰਵਾਉਣਾ ਖਰਚਾ ਪੂਰਾ ਕਰਵਾਉਣਾ ਮੰਮੀ ਸਰਗੀ ਚ ਕੀ ਖਾਣਾ ਕਿਹੜੇ ਸਵਾਲ ਦੇ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੋਈ ਸੀ ਐਕਚੁਲੀ ਮੇਰੇ ਮਦਰ ਇਨ ਲਾਅ ਕੈਨੇਡਾ ਤੇ ਇੱਥੇ ਸਾਰੇ ਰਿਸਪੋਨਸੀਬਿਲਟੀਜ਼ ਉਹ ਇਦਾਂ ਵੀ ਫੋਨ ਤੇ ਹੋ ਰਿਹਾ ਵੀ ਸੂਟ ਕਿਹੜੇ ਕਲਰ ਦਾ ਬਣਵਾਣਾ ਸਾਰਾ ਕੁਝ ਉਹ ਫੋਨ ਤੇ ਹੋ ਰਿਹਾ ਸੋ ਸਵੀਟ ਹਾਂਜੀ ਸੋ ਕਿੰਨਾ ਕੁ ਖਰਚਾ ਆ ਗਿਆ ਖਰਚਾ ਇਹ ਤਾਂ ਮੇਰੇ ਹਸਬੰਡ ਨੂੰ ਪਤਾ ਉਹਨਾਂ ਦਾ ਕਾਰਡ ਹੁੰਦਾ ਸਿਰਫ ਸਵਾਈਪ ਕਰਵਾਈਦਾ ਲਓ ਜੀ ਪਤੀ ਕਮ ਏਟੀਐਮ ਮਸ਼ੀਨ ਸੋ ਕੋਈ ਗੱਲ ਨਹੀਂ ਪੂਰੀ ਹਮਦਰਦੀ ਆ ਪਤੀ ਉਹ ਤੁਹਾਡੇ ਨਾਲ ਵੈਲਿਡਿਟੀ ਵੀ ਤੁਹਾਡੀ ਵਧਣੀ ਹੈ ਹਾਂਜੀ ਸੋ ਜੀ ਆਪਾਂ ਉਮਰ ਉਹਨਾਂ ਲਈ ਆਪਾਂ ਸੁਖ ਰਿਆ ਹਨਾ ਉਹਨਾਂ ਲਈ ਹੋ ਰਿਹਾ ਨਾ ਕੁਝ ਜੇਤ ਡੱਕ ਆਪਣਾ ਬਿਲਕੁਲ ਸਭ ਚੀਜ਼ ਤੇ ਹੱਕ ਆਪਣਾ ਹੀ ਹੈ ਬਿਲਕੁਲ ਜੀ ਹਾਂਜੀ ਸੋ ਜੀ ਅੱਗੇ ਵੀ ਚੱਲਦੇ ਆ ਹੋਰ ਵੀ ਲੇਡੀਜ਼ ਦੇ ਨਾਲ ਗੱਲਬਾਤ ਕਰਦੇ ਆ ਬਾਕੀ ਇੱਥੇ ਮਹਿੰਦੀ ਲਗਵਾਉਣ ਆਈਆਂ ਹੋਈਆਂ ਨੇ ਛੋਟੀ ਉਮਰ ਦੇ ਬੱਚਿਆਂ ਵੀ ਆਈਆਂ ਹੋਈਆਂ ਨੇ ਵੱਡੀ ਉਮਰ ਦੀ ਲੇਡੀਜ਼ ਵੀ ਆਈਆਂ ਨੇ ਕਿਸੇ ਨੂੰ 32 ਸਾਲ ਹੋ ਗਏ ਕਿਸੇ ਨੂੰ 40 ਸਾਲ ਹੋ ਗਏ ਔਰ ਇਹ ਪਿਆਰ ਇਸੇ ਤਰ੍ਹਾਂ ਹੀ ਪਿਆਰਾ ਜਿਹਾ ਸਿਲਸਿਲਾ ਚੱਲਦਾ ਜਾ ਰਿਹਾ ਹਾਂਜੀ ਇਹ ਕਿੰਨਾ ਕਰਵਾ ਚੌਥ ਹੈ ਆਪਣਾ 30th ਮੇਬੀ 30th ਮੇਬੀ ਮੇਬੀ ਅੱਛਾ ਓਕੇ ਮੋਰ ਦੈਨ ਦੈਟ ਓਕੇ ਸੋ ਕੀ ਉਹ ਚੀਜ਼ ਹੈ ਜਿਹੜੀ ਤੁਹਾਨੂੰ ਆਪਣੇ ਪਤੀ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਉਹਨਾਂ ਦਾ ਅੱਛਾ ਸੁਭਾਅ ਕੇਅਰਿੰਗ ਨੇਚਰ ਓਕੇ ਬਹੁਤ ਅੱਛੀ ਲੱਗਦੀ ਹੈ ਇੰਨੇ ਸਾਲ ਹੋ ਗਏ ਜੋ ਅੱਜ ਕੱਲ੍ਹ ਜੇ ਆਪਾਂ ਦੇਖਦੇ ਹਾਂ ਕਿ ਰਿਸ਼ਤਿਆਂ ਦੇ ਵਿੱਚ ਬੜੀ ਜਲਦੀ ਖਟਾਸ ਆ ਜਾਂਦੀ ਹੈ ਪਤੀ ਪਤਨੀ ਦੇ ਵਿੱਚ ਆਰਗੂਮੈਂਟ ਬਹੁਤ ਹੁੰਦਾ ਈਗੋ ਬਹੁਤ ਹੁੰਦੀ ਹੈ ਸੋ ਇੰਨੇ ਲੰਬੇ ਪਿਆਰੇ ਸਾਥ ਦਾ ਰਾਜ਼ ਕੀ ਹੈ ਕੀ ਦੱਸਣਾ ਚਾਹੋਗੇ ਸਾਡੀ ਯੰਗ ਜਨਰੇਸ਼ਨ ਨੂੰ ਸਾਰਿਆਂ ਤੋਂ ਵੱਡੀ ਜਿਹੜੀ ਗੱਲ ਹੈ ਕਿ ਤੁਸੀਂ ਆਪਸ ਦੇ ਵਿੱਚ ਜਦੋਂ ਐਜ਼ ਅ ਹਸਬੈਂਡ ਵਾਈਫ ਰਹਿੰਦੇ ਹੋ ਤੇ ਇੱਕ ਦੂਸਰੇ ਦਾ ਸਾਥ ਕੰਪੈਸ਼ਨ ਐਂਡ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ ਥੋੜ੍ਹਾ ਬਹੁਤ ਉੱਪਰ ਥੱਲੇ ਸਾਰੇ ਰਿਸ਼ਤਿਆਂ 'ਚ ਹੁੰਦਾ ਅਗਰ ਹੋ ਵੀ ਜਾਵੇ ਤੇ ਆਪਣੇ ਆਪ ਨੂੰ ਸਮਝਾਉਣਾ ਮਨ ਨੂੰ ਸਮਝਾਉਣਾ ਐਂਡ ਦੈਨ ਸਹਿਣਸ਼ੀਲਤਾ ਨਾਲ ਕੰਮ ਕਰਨਾ ਪੇਸ਼ੈਂਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਕੋਈ ਵੀ ਬੰਦਾ ਪਰਫੈਕਟ ਕਿਸੇ ਪਾਸਿਓਂ ਨਹੀਂ ਹੁੰਦਾ ਨਾ ਸਾਡੇ 'ਚ ਪੂਰੀ ਪਰਫੈਕਸ਼ਨ ਹੈ ਨਾ ਉਹਨਾਂ ਦੇ ਵਿੱਚ ਪੂਰੀ ਪਰਫੈਕਸ਼ਨ ਹੈ ਪਰ ਤੁਹਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਇਹੋ ਹੀ ਅਸੀਂ ਕਹਾਂਗੇ ਨਵੀਂ ਜਨਰੇਸ਼ਨ ਨੂੰ ਖਾਸ ਕਰਕੇ ਕਿ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ
ਅੰਡਰਸਟੈਂਡਿੰਗ ਦੇ ਨਾਲ ਰਹਿਣ, ਆਪਸ 'ਚ ਇੱਕ ਦੂਸਰੇ ਨੂੰ ਸਮਝਣ ਐਂਡ ਟਾਈਮ ਦੇਣ ਇੱਕ ਦੂਸਰੇ ਨੂੰ, ਸੋ ਦੈਟ ਅੱਛੀ ਰਿਲੇਸ਼ਨਸ਼ਿਪ ਨਿਭਾ ਸਕਣ ਅੱਗੇ। ਬਿਲਕੁਲ ਜੀ ਬਿਲਕੁਲ। ਸੋ 16 ਸ਼ਿੰਗਾਰ, ਮੇ ਬੀ ਯੂ ਹੈਵ ਹਰਡ ਦੈਟ ਟਰਮ। ਸੋ 16 ਸ਼ਿੰਗਾਰ, ਵੈਸੇ ਤਾਂ ਅਸੀਂ 5 ਹੀ ਪੁੱਛ ਕੇ ਸਾਰ ਰਹੇ ਹਾਂ, ਪਰ ਪੂਰੇ 16 ਸ਼ਿੰਗਾਰ ਦੇ ਵਿੱਚ ਕੀ ਆਉਂਦਾ ਇੱਕ ਔਰਤ ਦੇ? ਸਾਰਾ ਆਈ ਥਿੰਕ ਨੈਕ ਪੀਸ, ਬਿਛਿਆ, ਪਾਇਲ, ਚੂੜੀਆਂ, ਕੰਗਨ, ਮਹਿੰਦੀ, ਲਿਪਸਟਿਕ, ਸਿੰਦੂਰ, ਕਾਜਲ, ਨੋ ਪਰਚੀ, ਬਿੰਦੀ ਐਂਡ ਮਸਕਾਰਾ। ਮਤਲਬ ਮਸਕਾਰਾ ਤੇ ਬਾਅਦ ਚ ਆਇਆ, ਮਸਕਾਰਾ ਤੇ ਬਹੁਤ ਬਾਅਦ ਚ ਆਇਆ। ਔਰ ਕਮਰਬੰਦ ਮੈਂ ਕਾਫੀ ਦੱਸਤੇ, 16 ਕੰਪਲੀਟ ਹੋ ਗਏ, 16 ਤੋਂ ਜ਼ਿਆਦਾ ਹੋ ਗਏ, ਜ਼ਿਆਦਾ ਹੋ ਗਏ ਨਾ। ਬਟ ਸਟਿਲ ਮੱਥੇ ਦੇ ਸੰਦੂਰ ਤੋਂ ਲੈ ਕੇ ਨਕਸ਼ਿਕ ਜਿਹਨੂੰ ਕਹਿੰਦੇ ਆਪਾਂ, ਫਰੋਮ ਹੈਡ ਟੂ ਟੋ, ਹੈਡ ਟੂ ਟੋ, ਹਾਂਜੀ, ਮਤਲਬ ਪੂਰੇ ਡ੍ਰੈਂਚਡ ਕਵਰਡ ਇਨ ਦਾ 16 ਸ਼ਿੰਗਾਰ ਟ੍ਰੈਡੀਸ਼ਨਲੀ ਆਊਟਫਿਟ ਦੇ ਨਾਲ, ਜਿਹੜਾ ਵੀ ਅੱਜ ਕੱਲ੍ਹ ਤਾਂ ਇਹੀ ਹੁੰਦਾ ਕਿ ਸਭ ਤੋਂ ਜ਼ਿਆਦਾ ਕੰਪਲੀਮੈਂਟ ਪਰਸਨਲੀ ਕੀ ਕਰ ਰਿਹਾ ਤੁਹਾਨੂੰ? ਵਾਓ, ਸੋ ਸਵੀਟ। ਹਾਂ, ਸੋ ਮਾਡਰਨ ਬਹੁਤ ਕੁਝ ਹੋ ਗਿਆ ਹੁਣ ਪਹਿਲੇ ਟਾਈਮ ਨਾਲੋਂ ਅੱਜ ਵੀ, ਸੋ ਵਾਟ ਡੂ ਯੂ ਫੀਲ ਕਿ ਇਹ, ਕਿਉਂਕਿ ਉਹ ਮਾਡਰਨ ਤੁਸੀਂ ਉਹ ਟ੍ਰੈਡੀਸ਼ਨਲ ਨੇ, ਸੋ ਕਿੰਨਾ ਕੁ ਕੰਪੈਰੀਜ਼ਨ ਲੱਗਦਾ ਹੈ ਪਹਿਲੇ ਟਾਈਮ? ਆਈ ਥਿੰਕ ਜਨਰੇਸ਼ਨ ਚੇਂਜ ਹੋਈ ਹੈ, ਬਟ ਦਾ ਐਥੋਸ ਐਂਡ ਵੈਲਿਊਜ਼ ਆਰ ਸੇਮ। ਅਤੇ ਸਪੈਸ਼ਲੀ ਇਹ ਜਿਹੜੇ ਕਲਚਰਲ ਫੈਸਟੀਵਲਸ, ਤਿਉਹਾਰ ਹੁੰਦੇ ਹੈ, ਦਿਸ ਇਜ਼ ਅ ਫਿਊਜ਼ਨ ਆਫ ਮਾਡਰਨ ਐਂਡ ਓਲਡ, ਸੋ ਦਿਸ ਇਜ਼ ਦਾ ਟਾਈਮ ਜਦੋਂ ਬ੍ਰਿਜ ਹੋ ਜਾਂਦਾ ਹੈ ਗੈਪ। ਸਿਰਫ ਵੇ ਆਫ ਲਿਵਿੰਗ, ਸਟਾਈਲ ਆਫ ਲਿਵਿੰਗ ਡਿਫਰੈਂਟ ਹੈ, ਅਦਰਵਾਈਜ਼ ਐਥਿਕਸ ਸਭ ਸੇਮ ਨੇ। ਜੀ ਬਿਲਕੁਲ, ਐਥਿਕਸ ਸੇਮ ਨੇ ਜੀ। ਬਾਕੀ ਬਹੁਤ ਸਾਰੀਆਂ ਲੇਡੀਜ਼ ਇੱਥੇ ਆਈਆਂ ਹੋਈਆਂ ਨੇ, ਬਹੁਤ ਸਾਰੀਆਂ ਕੁੜੀਆਂ ਤੁਸੀਂ ਦੇਖ ਪਾ ਰਹੇ ਹੋ। ਅੱਛਾ, ਕੋਈ ਬੈਸਟ ਕੰਪਲੀਮੈਂਟ ਅੱਜ ਤੱਕ ਦਾ ਪਤੀ ਨੇ ਜੋ ਦਿੱਤਾ ਹੋਵੇ ਤੁਹਾਨੂੰ ਯਾਦ ਹੋਵੇ? ਹਾਂਜੀ, ਉਹ ਲਿਪਸਟਿਕ, ਬਿੰਦੀ, ਸਿੰਦੂਰ, ਬੈਂਗਲਸ, ਪਾਇਲ, ਬਿਛੂਆ, ਮਹਿੰਦੀ, ਹੋਰ ਰਿਪੀਟ ਨਹੀਂ, ਬਾਕੀ ਇਹ ਮਸਕਾਰਾ ਵਗੈਰਾ, ਇਹ ਹੋ ਗਿਆ, ਆਈਲਾਈਨਰ ਹੋ ਗਿਆ, ਮਸਕਾਰਾ ਆਈਲਾਈਨਰ ਤੇ ਬੜੀ ਹੀ ਦੇਰ ਬਾਅਦ ਆਇਆ। ਹਾਂਜੀ, ਵਾਹ ਜੀ ਵਾਹ, ਤਿਆਰੀ ਪੂਰੀ ਪੂਰੀ ਪੂਰੀ, ਕੀ ਬਾਤ ਹੈ ਜੀ। ਕਿੰਨਾ ਕੁ ਲੁੱਟ ਲਿਆ ਆਪਾਂ ਅੱਜ ਪਤੀ ਨੂੰ, ਦੱਸਿਓ, ਸੱਚ ਸੱਚ ਦੱਸਣਾ, ਕੈਮਰੇ ਦੇ ਅੱਗੇ ਕੋਈ ਝੂਠ ਨਹੀਂ ਬੋਲੇਗਾ। ਓਕੇ, ਬਹੁਤ ਲੁੱਟਿਆ, ਫਿਰ ਵੀ ਪਤੀ ਨੇ ਕਿਹਾ ਨੀ ਕਿ ਯਾਰ ਇੰਨੇ ਚ ਤਾਂ ਬੰਦੇ ਦਾ ਸਟੰਟ ਪੈ ਜਾਂਦੇ ਆ, ਪਰ ਕਮਾਈ ਕੱਲੀ ਕਰਦੇ ਆ, ਸਾਡੇ ਲਈ ਕਰਦੇ ਆ, ਓਏ ਹੋਏ ਦਿਲ ਖੁਸ਼ ਕਰ ਦਿੱਤਾ। ਤੇ ਅੱਛਾ ਇਹ ਦੱਸੋ ਕਿ ਆਮ ਦਿਨਾਂ ਦੇ ਵਿੱਚ ਆ ਜਿਹੜੇ ਮਤਲਬ ਹਫਤਾ 10 ਦਿਨ ਪਹਿਲਾਂ ਤੇ ਪਤੀ ਨਾਲ ਬੜਾ ਪਿਆਰ ਜਾਗਿਆ ਹੋਣਾ ਹੈ, ਹਨਾ, 2-4 ਦਿਨ ਬਾਅਦ ਵੀ ਜਾਗੇਗਾ, ਬਿਲਕੁਲ, ਮੈਨੂੰ ਤਾਂ ਪਤੀ ਦਾ ਫੋਨ ਆ ਹੀ ਗਿਆ। ਨਹੀਂ ਬੇਟਾ, ਅੱਛਾ ਅੱਛਾ, ਤੇ ਆਪਾਂ ਕਦੀ ਲੜਦੇ ਵੀ ਹੋਵਾਂਗੇ, ਹਨਾ, ਬਹੁਤ ਬਹੁਤ, ਮਨਾਉਂਦਾ ਕੌਣ ਹੈ? ਮਨਾਉਂਦਾ, ਮੇਰਾ ਗੁੱਸਾ ਜਲਦੀ ਠੰਡਾ ਹੋ ਜਾਂਦਾ ਆ, ਮੈਂ ਫਿਰ ਨਾਰਮਲ। ਅੱਛਾ, ਉਹ ਮੰਨ ਜਾਂਦੇ ਆ, ਉਹਨੇ ਜੀ ਮੰਨ ਜਾਂਦੇ ਆ। ਅੱਛਾ, ਇਹ ਮਹਿੰਦੀ ਲਗਵਾਉਣ ਤੋਂ ਬਾਅਦ ਰੋਟੀ ਪਤੀ ਖਵਾਓਗੇ? ਬਿਲਕੁਲ ਬਿਲਕੁਲ ਜੀ, ਮਹਿੰਦੀ ਦਾ ਡਿਜ਼ਾਈਨ ਦੇਖੋ, ਕੈਮਰਾਮੈਨ ਜ਼ੂਮ ਕਰਕੇ ਦਿਖਾਓ ਤੁਹਾਡੇ, ਅੱਜ ਫੋਨ ਵੀ ਪਤੀ ਨੇ ਚੱਕਣੇ ਮੈਨੂੰ ਲੱਗਦਾ ਹੈ।
ਚਲੋ ਕੋਈ ਗੱਲ ਨਹੀਂ, ਆਪਾਂ ਇੱਦਾਂ ਕਰਦੇ ਹਾਂ ਕਿਉਂਕਿ ਘਰੋਂ ਫੋਨ ਆ ਰਿਹਾ, ਬੜਾ ਜ਼ਰੂਰੀ ਫੋਨ ਹੈ, ਆਪਾਂ ਇਹਨਾਂ ਦੇ ਕੰਨ ਨੂੰ ਹੀ ਲਾ ਦਿੰਦੇ। ਲਓ ਜੀ ਕਰੋ ਗੱਲ, ਕਿਉਂਕਿ ਇਹ ਦਿਨ ਜਿਹੜਾ ਹੈ, ਇਹ ਤਿਉਹਾਰ ਜਿਹੜਾ ਹੈ, ਸੱਚੀ ਮੁੱਚੀ ਬਹੁਤ ਹੀ ਜ਼ਿਆਦਾ ਵਧੀਆ। ਔਰ ਇੱਦਾਂ ਹੀ ਇਹੀ ਘਰਾਂ ਦੇ ਵਿੱਚ ਸੀਨ ਹੋ ਰਿਹਾ, ਇਹਨਾਂ ਨੂੰ ਰੋਟੀ ਪਤੀ ਨੇ ਖਵਾਉਣੀ, ਇਹਨਾਂ ਦੇ ਫੋਨ ਇਹਨਾਂ ਨੂੰ ਕਿਸੇ ਨੇ ਅਸਿਸਟ ਕਰਨਾ, ਬਟ ਕੋਈ ਗੱਲ ਨਹੀਂ ਜੀ, ਇਹ ਟਾਈਮ ਹੀ ਇੱਦਾਂ ਦਾ ਆ। ਔਰ ਮਾਲਕ ਕਰੇ ਇੱਦਾਂ ਦੇ ਸੋਹਣੇ ਸੋਹਣੇ ਦਿਨ ਤਿਉਹਾਰ ਆਉਂਦੇ ਰਹਿਣ, ਔਰ ਹਰ ਕੋਈ ਹਰ ਕਪਲ ਇਸੇ ਤਰ੍ਹਾਂ ਹੀ ਖੁਸ਼ੀਆਂ ਮਨਾਉਂਦਾ ਰਹੇ। ਕਰਵਾ ਚੌਥ ਦਾ ਵਰਤ ਹੈ, ਲੇਡੀਜ਼ ਜਿਹੜੀ ਉਹਨਾਂ ਦੀ ਸ਼ੋਪਿੰਗ ਘੱਟ ਨਹੀਂ ਰਹੀ, ਸ਼ੋਪਿੰਗ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ। ਹੁਣ ਤੱਕ ਆਪਾਂ ਕਿੰਨੇ ਦੀ ਸ਼ੋਪਿੰਗ ਕਰ ਲਈ? ਸ਼ੋਪਿੰਗ ਕੀ ਜਹਾਂ ਤੱਕ ਬਾਤ ਕੀਜੀਏ, ਸ਼ਾਦੀਸ਼ੁਦਾ ਜਾਂ ਸ਼ਾਦੀਸ਼ੁਦਾ ਨਹੀਂ, ਸਿੰਗਲ ਹੋ ਜਾਂ ਜੋ ਵੀ, ਕੋਈ ਕਸਰ ਨਹੀਂ ਛੋੜਨੀ। ਸ਼ੋਪਿੰਗ ਦੁਨੀਆ ਪੂਰ, ਮੈਨੇ ਸੁਣਿਆ ਹੈ ਮਾਡਲ ਟਾਊਨ ਕਾਫੀ ਫੇਮਸ ਹੈ ਜਲੰਧਰ ਮੇਂ, ਤੋ ਮੈਨੇ ਯਹਾਂ ਪੇ ਐਂਡ ਮਾਈ ਮੋਮ ਇਜ਼ ਹਿਅਰ, ਮੇਰੀ ਮੋਮ ਪਹਿਲੇ ਹੀ ਜਾ ਚੁੱਕੇ ਕਿ ਤੂੰ ਯਹੀਂ ਕਰ, ਮੈਂ ਆਪਣਾ ਸ਼ੋਪਿੰਗ ਕਰਕੇ ਆਤੀ ਹੂੰ। ਤੋ ਕਿਸੀ ਨੇ ਕੋਈ ਕਸਰ ਨਹੀਂ ਛੋੜਨੀ। ਔਰ ਸ਼ਾਇਦ ਦਿੱਲੀ ਕਿ ਜਲੰਧਰ ਮੈਨੂੰ ਲੱਗਤਾ ਥਾ ਕਿ ਯੂ ਨੋ ਇਟਸ ਦੇਅਰ, ਬਟ ਦਿੱਲੀ ਔਰ ਜਲੰਧਰ ਕਾ ਬਿਲਕੁਲ ਮੁਕਾਬਲਾ ਸੇਮ ਹੀ ਹੈ, ਦੁਨੀਆ ਦੀਵਾਨੀ ਹੈ ਔਰ ਸਭ ਬਾਹਰ ਹੈ। ਆਈਡੀਆ ਹੈ ਕਿ 16 ਸ਼ਿੰਗਾਰ ਮੇਂ ਕਿਆ ਕਿਆ ਆਤਾ ਹੈ? 16 ਸ਼ਿੰਗਾਰ ਮੇਂ ਇੱਕ ਦੋ ਬਤਾਓ, ਫਿਰ ਮੈਂ ਸੋਚਤੀ ਹੂੰ ਕਿਆ ਕਿਆ ਆਤਾ ਹੈ। ਬਾਕੀ ਜੈਸੇ ਸਿੰਦੂਰ ਹੈ, ਪਾਇਲ ਹੈ, ਸਿੰਦੂਰ ਹੈ, ਪਾਇਲ ਹੈ, ਉਹ ਜੋ ਹਮ ਲਾਲ ਕਲਰ ਕਾ ਲਗਾਤੇ ਹਾਥ ਮੇਂ, ਅਲਤਾ ਅਲਤਾ ਹੈ, ਮਹਿੰਦੀ ਕਹਿ ਲੋ, ਮਹਿੰਦੀ ਕਹਿ ਲੋ, ਚੂੜੀਆਂ ਇਜ਼ ਇਟ ਪਾਰਟ ਆਫ 16 ਸ਼ਿੰਗਾਰ, ਬਿੰਦੀ, ਮੇ ਬੀ ਮੇਕਅਪ, ਲਿਪਸਟਿਕ, ਹਾਰ, ਹੀਰੇ ਜਵਾਹਰਾਤ, ਸ਼ਾਇਦ ਇਹ ਸਭ ਕੱਪੜੇ, ਹੀਲਸ, ਜੁੱਤੀਆਂ, ਮੇ ਬੀ ਇਹ ਸਭ, ਆਈ ਡੋਟ ਨੋ। ਮੈਨੇ 16 ਸ਼ਿੰਗਾਰ ਕਾ ਸੁਣਾ ਤੋ ਬਹੁਤ ਗਾਣੇ ਵੀ ਹੈ ਬਹੁਤ ਫੇਮਸ, ਲੇਕਿਨ ਐਸ ਸੱਚ ਆਈ ਡੋਟ ਨੋ। ਹਾਂਜੀ, ਬਰਥ ਦੀਆਂ ਤਿਆਰੀਆਂ ਪੂਰੀਆਂ ਪੂਰੀਆਂ? ਹਾਂਜੀ, ਪੂਰੀਆਂ ਪੂਰੀਆਂ ਤਿਆਰੀਆਂ। ਓਕੇ, ਸੋ ਕੀ ਕਰਵਾਓਗੇ ਐਤਕੀ, ਫਿਰ ਮੇਕਅਪ ਐਂਡ ਆਲ? ਹਾਂ, ਮੇਕਅਪ ਤਾਂ ਕਰਵਾਵਾਂਗੇ, ਮੇਕਅਪ ਪਹਿਲੇ ਥੋੜਾ ਜਿਹਾ ਕਲੀਨ ਅਪ ਕਰਵਾਵਾਂਗੇ, ਫਿਰ ਮੇਕਅਪ। ਹਾਲੇ ਹੋਇਆ ਨਹੀਂ ਪ੍ਰੀ ਬ੍ਰਾਈਡਲ, ਹਾਲੇ ਤਾਂ ਕਰਵਾਉਣਾ ਹੈ, ਅੱਜ ਤੋਂ ਬਸ ਤਿਆਰੀਆਂ ਸ਼ੁਰੂ ਕੀਤੀਆਂ ਹੁਣ। ਓਕੇ, ਤਿਆਰੀਆਂ ਸ਼ੁਰੂ ਹੈ। ਬਾਕੀ ਇਹ ਦੱਸੋ ਕਿ ਜਿਹੜਾ ਕਰਵਾ ਚੌਥ ਦਾ ਵਰਤ ਹੁੰਦਾ ਆ, ਇਹ ਤੁਹਾਡੇ ਟਾਈਮ ਤੋਂ ਕਿੰਨੇ ਸਾਲ ਹੋ ਗਏ ਤੁਹਾਨੂੰ ਰੱਖਦੇ ਹੋ? 26 ਸਾਲ ਕਿਸ ਤਰ੍ਹਾਂ ਸਵੇਰੇ ਉੱਠਣਾ, ਸਰਗੀ ਖਾਣੀ, ਔਰ ਮਤਲਬ ਬ੍ਰਸ਼ ਵੀ ਨਹੀਂ ਕਰਨਾ, ਇਵਨ ਦਾਤੂਨ ਕਰਨੀ, ਹੁਣ ਤਾਂ ਜਸਟ ਹੁਣ ਤਾਂ ਇੱਕ ਫਾਰਮੈਲਿਟੀ ਹੈ, ਦੇਖਿਆ ਜਾਏ ਤਾਂ ਫਾਰਮੈਲਿਟੀ ਹੈ, ਪਰ ਅਸੀਂ ਫੀਲ ਅਲ ਟੱਚ ਵੁੱਡ ਨਾ, ਹਲੇ ਫਾਰਮੈਲਿਟੀ ਨਹੀਂ, ਹਾਂ ਵਿਦ ਫੀਲਿੰਗਸ, ਵਿਦ ਲਵ ਐਂਡ ਵਿਦ ਫੀਲਿੰਗਸ। ਕੀ ਬਾਤ ਹੈ ਜੀ, ਉਹ ਇੱਕ ਹਸਬੰਡ ਵਾਈਫ ਸਾਡੇ ਨਾਲ ਹੈ, ਤੁਸੀਂ ਵਾਈਫ ਹੈ ਹਸਬੰਡ? ਨਹੀਂ ਨਹੀਂ, ਇਹ ਹਸਬੰਡ ਹੈ, ਮੈਂ ਵਾਈਫ ਹਾਂ। ਅੱਛਾ, ਇਦਾਂ ਹੁੰਦਾ ਹੈ, ਹੁੰਦਾ ਹੈ ਪਤਾ, ਕਿਉਂਕਿ ਕਮਾਂਡਿੰਗ ਕੌਣ ਹੈ, ਵਾਈਫ ਹੀ ਹੋਏਗੀ ਨਾ ਹਮੇਸ਼ਾ। ਹਾਂ ਬਿਲਕੁਲ, ਸੋ ਹਸਬੰਡ ਜੀ ਇਹ ਤਾਂ ਉਹੀ ਹੋ ਗਿਆ ਨਾ, ਦੇਖੋ ਮਤਲਬ ਜਦੋਂ ਬਿਲਿੰਗ ਵੇਲੇ ਤਾਂ ਇਹ ਹਸਬੰਡ ਨੇ, ਅਦਰਵਾਈਜ਼ ਤਾਂ ਮੈਂ ਹਸਬੰਡ। ਅੱਛਾ, ਤੁਹਾਡੀ ਚਲਦੀ ਹੈ, ਸਾਰੀ ਜਨਾਨੀਆਂ ਦੀ ਚਲਦੀ, ਤੁਹਾਡੀ ਨਹੀਂ ਚਲਦੀ? ਅੱਛਾ, ਔਨ ਦ ਕੈਮਰਾ ਬਹੁਤ ਚਲਦੀ ਹੈ ਜੀ, ਬਿਲਕੁਲ ਚਲਦੀ ਹੈ। ਔਰ ਵਿਚਾਰੇ ਪਤੀ, ਮੇਰੀ ਪੂਰੀ ਪੂਰੀ ਹਮਦਰਦੀ ਤੁਹਾਡੇ ਨਾਲ। ਕੋਈ ਗੱਲ ਨਹੀਂ, ਉਹ ਮੈਂ ਬਾਹਰ ਜਾ ਕੇ ਪਤਾ ਲੱਗ ਜਾਏਗਾ ਨਾ, ਬਿੱਲ ਦੇਣਾ ਹੈ ਜਾਂ ਸ਼ਾਪਿੰਗ ਕਰਨੀ ਹੈ, ਉਹਦਾ ਪਤੀ ਦੀ ਯਾਦ ਆਏਗੀ, ਫਿਰ ਅਸੀਂ ਖਾਲੀ ਜੇਬ ਦਿਖਾ ਦਾਂਗੇ। ਅੱਛਾ, ਇਹ ਦੱਸੋ ਜਦੋਂ ਕਿਤੇ ਦੋਨਾਂ ਦੇ ਵਿੱਚ ਹੁੰਦਾ, ਤੜੀ ਬਹੁਤ ਵੱਜਦੀ ਹੈ ਹਨਾ, ਮਤਲਬ ਤੇ ਚਲਦੀ ਐਂਡ ਦੇ ਵਿੱਚ ਕਿਹਦੀ ਹੈ? ਦੇਖੋ ਚਲਦੀ ਤਾਂ ਉਹਦੀ ਚੱਲਣੀ, ਹੁਣ ਜਿਹਨੇ ਪੇ ਕਰਨਾ ਐਂਡ 'ਚ ਸ਼ੋਰੂਮ 'ਚ ਖੜੇ ਹੋ ਕੇ, ਠੀਕ ਹੈ, ਸ਼ੋਪਿੰਗ ਤਾਂ ਹੋਣੀ ਪੈਸੇ ਨਾਲ। ਸਾਨੂੰ ਕੈਮਰੇ ਦੇ ਸਾਹਮਣੇ ਬਣਾ ਕੇ ਦਿਖਾਓ ਇੱਕ ਦੂਜੇ ਨੂੰ।
ਕਿੱਦਾਂ ਮਤਲਬ ਜਿੱਦਾਂ ਮਨਾਉਂਦੇ ਹੋ ਆਮ ਤੌਰ ਤੇ ਇੱਕ ਦੂਜੇ ਨੂੰ ਉਹ ਲੋੜ ਹੀ ਨਹੀਂ ਪੈਂਦੀ ਇਹ ਅੱਛਾ ਅਸੀਂ ਉਹ ਮਤਲਬ ਅਸੀਂ ਲੈ ਲੈ ਜੇ ਕਰੀਏ ਕਿ ਆਪਾਂ ਲੜ ਲੁੜ ਲਈਏ ਤੇ ਚਾਰ ਚਾਰ ਦਿਨ ਬੁਲਾਣਾ ਨਹੀਂ ਨਹੀਂ ਜਿੰਨੀ ਮਰਜ਼ੀ ਲੜਾਈ ਹੋ ਜਾਵੇ ਰਾਤੀ ਬਿਨਾਂ ਬੁਲਾਏ ਸੋਣਾ ਨਹੀਂ ਹੈਗਾ ਨਾ ਨਾ ਬਿਨਾਂ ਮਤਲਬ ਲੜ ਕੇ ਨੀਂਦ ਨਹੀਂ ਆਉਂਦੀ ਹੈ ਜੋ ਮਰਜ਼ੀ ਹੋ ਜਾਵੇ ਮੈਨੂੰ ਤਾਂ ਇਵੇਂ ਨਹੀਂ ਹੈ ਕਿ ਜੇ ਸੋ ਗਏ ਨਾ ਮੈਂ ਉਠਾ ਕੇ ਨਹੀਂ ਯਾਰ ਮੈਂ ਉਠਾ ਕੇ ਉਠਾ ਕੇ ਲੜਾਉਣਾ ਹੈ ਫਿਰ ਲੜਾ ਕੇ ਮਨਾਉਣਾ ਹੈ ਕਿੰਨੇ ਸਾਲ ਹੋ ਗਏ ਸਕਸੈਸਫੁਲ ਮੈਰਿਜ ਨੂੰ 10 ਇਅਰਸ ਕਿਆ ਬਾਤ ਹੈ ਜੀ ਸੋ 10 ਸਾਲਾਂ ਦੇ ਵਿਆਹਤਾ ਜ਼ਿੰਦਗੀ ਦਾ ਇਹ ਬਹੁਤ ਸੋਹਣਾ ਅਤੇ ਬੜਾ ਵੱਡਾ ਰਾਜ਼ ਹੈ ਕਿ ਰਾਤ ਨੂੰ ਸੌਰੀ ਮੰਗ ਲੈਣੀ ਹੈ ਪਤੀ ਨੇ ਹੈ ਨਾ ਲੜ ਕੇ ਨਹੀਂ ਸੋਣਾ ਹਾਂ ਕੁਛ ਵੀ ਹੋਵੇ ਗਲਤੀ ਹਮੇਸ਼ਾ ਪਤੀ ਦੀ ਹੁੰਦੀ ਹੈ ਬਿਕਾਜ਼ ਮੇਰੇ ਹਸਬੈਂਡ ਨਹੀਂ ਹੈ ਪਰ ਮੈਂ ਇੱਕ ਮੋਟੀਵੇਸ਼ਨਲ ਸਪੀਕਰ ਹੂੰ ਜਬ ਮੈਂ ਆਪਣੇ ਹਸਬੈਂਡ ਕੋ ਖੋਇਆ ਤੋ ਮੈਂ ਬਹੁਤ ਲੇਡੀਜ਼ ਕੋ ਜੀਣਾ ਸਿਖਾਇਆ ਆਜ ਵੀ ਜਬ ਲੇਡੀਜ਼ ਮੇਰੇ ਪਾਸ ਆਤੀ ਹੈ ਔਰ ਕਹਤੀ ਹੈ ਮੈਮ ਆਪਕੇ ਸਟਾਈਲ ਕੋ ਦੇਖ ਕਰ ਆਪ ਜੈਸੇ ਜਿੰਦਾ ਦਿਲੀ ਸੇ ਜੀਤੇ ਹੋ ਹਮਾਰਾ ਜੀਨੇ ਕਾ ਮਨ ਕਰਤਾ ਹੈ ਕਿਉਂਕਿ ਇੱਕ ਇੱਕ ਯੂਨੀਕ ਔਰ ਥੋੜ੍ਹਾ ਡਿਫਰੈਂਟ ਮੈਸੇਜ ਚਲਾ ਜਾਏਗਾ ਪਰ ਇਹ ਵੀ ਹੁਣ ਸਿੰਗਲ ਲੇਡੀਜ਼ ਕੇ ਲਈ ਬਹੁਤ ਜ਼ਰੂਰੀ ਹੈ ਜੋ ਕਿ ਸਪੈਸ਼ਲੀ ਜਬ ਕਰਵਾ ਚੌਥ ਆਤਾ ਹੈ ਤੋ ਥੋੜ੍ਹਾ ਡਿਪਰੈਸਡ ਫੀਲ ਕਰਤੀ ਹੈ ਔਰ ਅੰਦਰ ਚਲੀ ਜਾਤੀ ਹੈ ਕਿ ਨਹੀਂ ਇਹ ਹਮਾਰਾ ਦਿਨ ਨਹੀਂ ਹੈ ਬਾਹਰ ਸਜੀ ਧਜੀ ਲੇਡੀ ਪਰ ਮੈਂ ਉਲਟਾ ਕਰਤੀ ਹੂੰ ਮੈਂ ਬਾਹਰ ਨਿਕਲਤੀ ਹੂੰ ਮੈਨੇ ਬਹੁਤ ਕਰਵਾ ਇਵੈਂਟਸ ਵੀ ਅਟੈਂਡ ਕੀ ਹੈ ਬੋਲੇ ਹਮ ਕੋਈ ਡਿਫਰੈਂਟ ਥੋੜ੍ਹੀ ਨਾ ਹੋ ਗਏ ਕਿਉਂਕਿ ਜੀਨੇ ਕਾ ਸਭ ਕੋ ਹੱਕ ਹੈ ਮੈਂ ਹਮੇਸ਼ਾ ਇਹ ਕਹਿਤੀ ਹੂੰ ਕਿ ਲਾਈਫ ਇਜ਼ ਅ ਵਨ ਟਾਈਮ ਔਫਰ ਯੂਜ਼ ਇਟ ਵੈਲ ਠੀਕ ਹੈ ਆਪਕੋ ਢੰਗ ਸੇ ਜੀਣਾ ਆਉਣਾ ਚਾਹੀਏ ਦੁਬਾਰਾ ਇਹ ਜਨਮ ਨਹੀਂ ਮਿਲੇਗਾ ਕਹਤੇ ਹੈ ਨਾ ਕਿ ਆਈਸਕ੍ਰੀਮ ਮੈਲਟ ਹੋ ਰਹੀ ਹੈ ਉਸਕੋ ਖਾ ਲੋ ਐਸੇ ਲਾਈਫ ਤੋਂ ਆਪਕੀ ਪਲ ਪਲ ਦਿਨ ਦਿਨ ਹਫਤੇ ਮਹੀਨੇ ਸੇ ਨਿਕਲ ਰਹੀ ਹੈ ਕਿਉਂਕਿ ਇਸ ਤਰ੍ਹਾਂ ਸੇ ਹਮੇ ਸਮਾਜ ਮੇ ਥੋੜਾ ਸਾ ਹਮੇ ਚੇਂਜ ਚਾਹੀਏ ਲੇਡੀਜ਼ ਕੀ ਮੈਂਟੈਲਿਟੀ ਕੋ ਚੇਂਜ ਕਰਨੇ ਕਾ ਦੇਖੋ ਸਾਰੀ ਉਮਰ ਆਪਣੇ ਬੱਚੋ ਕਾ ਆਪਣੇ ਹਸਬੈਂਡ ਕਾ ਮੈਂ ਕਹਤੀ ਹੂੰ ਥੋੜਾ ਸਾ ਸੈਲਫਿਸ਼ ਹੋ ਜਾਓ ਆਪ ਸਭ ਕਾ ਵੀ ਧਿਆਨ ਰੱਖੋ ਪਰ ਸਾਥ ਮੇ ਆਪਣਾ ਧਿਆਨ ਵੀ ਜ਼ਰੂਰ ਰੱਖੋ ਠੀਕ ਹੈ ਨਾ ਲਾਈਫ ਆਪਕੀ ਵੀ ਤੋ ਗੁਜ਼ਰ ਰਹੀ ਹੈ ਨਾ ਸਾਥ ਸਾਥ ਤੋ ਆਪਕੋ ਵੀ ਪੂਰਾ ਹੱਕ ਹੈ ਥੋੜਾ ਸਾ ਸੈਲਫਿਸ਼ ਹੋ ਜਾਓ ਆਪਣੇ ਲਈ ਟਾਈਮ ਨਿਕਾਲੋ ਬਾਹਰ ਨਿਕਲੋ ਠੀਕ ਹੈ ਨਾ ਜਬ ਵੋ ਨਿਕਲਤੀ ਹੈ ਕਿ ਠੀਕ ਹੈ ਹੈ ਨਾ ਬੱਚੇ ਅਭੀ ਸਕੂਲ ਮੇ ਹੈ ਆਪ ਸ਼ਾਦੀਆਂ ਕਰ ਲੂੰ ਫਿਰ ਵੋ ਬਾਹਰ ਸੈਟਲ ਹੋ ਗਏ ਫਿਰ ਡਿਪਰੈਸ਼ਨ ਖਾ ਜਾਤਾ ਹੈ ਫਿਰ ਬੱਚੇ ਨਹੀਂ ਫਿਰ ਫਰੈਂਡਸ ਕਾਮ ਆਤੀ ਹੈ ਤੋ ਇਸ ਲਈ ਮੈਂ ਕਹਤੀ ਹੂੰ ਕਿ ਮੇਰੇ ਲਈ ਤੋ ਜੋ ਮੇਰੀ ਫਰੈਂਡ ਮੇਰਾ ਬੜਾ ਅੱਛਾ ਗਰੁੱਪ ਬਣਾ ਹੋਇਆ ਔਰ ਮੁਝੇ ਲੱਗਦਾ ਹੈ ਕਿ ਇਹ ਮੇਰੇ ਲਈ ਇੱਕ ਕਾਇੰਡ ਆਫ ਮੈਡੀਸਿਨ ਹੈ ਮਤਲਬ ਕਾਇੰਡ ਆਫ ਆਕਸੀਜਨ ਹੈ ਮੇਰੀ ਬੈਕਬੋਨ ਹੈ ਫਰੈਂਡਸ ਕਿਉਂਕਿ ਬੱਚੇ ਬੜੇ ਹੋ ਗਏ ਸੈਟਲ ਹੋ ਗਏ ਤੋ ਹਮੇ ਬੈਠਨੇ ਕੇ ਲੀਏ ਗੱਪੇ ਮਾਰਨੇ ਕੇ ਲੀਏ ਆਪਣਾ ਇੱਕ ਗਰੁੱਪ ਬਹੁਤ ਜ਼ਰੂਰੀ ਹੈ ਅਗਰ ਗਰੁੱਪ ਨਹੀਂ ਹੋਗਾ ਤੋ ਆਪ ਡਿਪਰੈਸ਼ਨ ਮੇ ਚਲੇ ਜਾਓਗੇ ਸੋ ਇਹ ਮੇਰਾ ਛੋਟਾ ਸਾ ਮੈਸੇਜ ਥਾ ਸਪੈਸ਼ਲੀ ਫੋਰ ਸਿੰਗਲ ਲੇਡੀਜ਼ ਬਾਕੀ ਬਿੰਦਾਸ ਸਟਾਈਲ ਹੈ ਮੇਰਾ ਜੀਤੀ ਹੂੰ ਜਿੰਦਾ ਦਿਲੀ ਸੇ ਲੋਗੋ ਕੋ ਖੁਸ਼ ਰਹਿ ਕੇ ਖੁਸ਼ੀ ਰਹੋ ਔਰ ਖੁਸ਼ੀਆਂ ਹੀ ਬਾਂਟੋ ਇਹ ਮੇਰਾ ਮੈਸੇਜ ਰਹਿਤਾ ਹਮੇਸ਼ਾ ਥੈਂਕ ਯੂ ਮੈਮ ਥੈਂਕ ਯੂ ਜੀ ਮੈਸੇਜ ਬਹੁਤ ਵਧੀਆ ਕਿਉਂਕਿ ਨੋ ਡਾਊਟ ਕਰਵਾ ਚੌਥ ਹੈ ਔਰ ਕਰਵਾ ਚੌਥ ਦੇ ਦਿਨ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਦੋ ਜਾਣਿਆਂ ਦਾ ਤਿਉਹਾਰ ਹੈ ਪਤੀ ਅਤੇ ਪਤਨੀ ਦਾ ਤਿਉਹਾਰ ਹੈ ਪਰ ਜੇ ਪਤੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਰਿਹਾ ਤਾਂ ਵੀ ਤੁਸੀਂ ਜ਼ਿੰਦਾ ਦਿਲੀ ਦੇ ਨਾਲ ਜੀਓ ਪਰ ਹਾਂ ਉਸ ਪਤੀ ਦੇ ਲਈ ਜਿੰਨਾ ਦੇਰ ਵੀ ਤੁਸੀਂ ਉਹਨਾਂ ਦੇ ਨਾਲ ਹੋ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰੋ ਉਹਨਾਂ ਦੇ ਨਾਲ ਇੱਕ ਸੋਹਣੇ ਪਾਕ ਪਵਿੱਤਰ ਰਿਸ਼ਤੇ ਦੀ ਦੁਆ ਕਰੋ ਇਸ ਬਦਲਦੇ ਵਕਤ ਦੇ ਨਾਲ ਨਾਲ ਜਿੱਥੇ ਇਨਸਾਨ ਬਦਲਿਆ ਬਾਜ਼ਾਰੀਕਰਨ ਹੋ ਗਿਆ ਸਾਡੇ ਹਰੇਕ ਤਿਉਹਾਰ ਦਾ ਉੱਥੇ ਹੀ ਕਰਵਾ ਚੌਥ ਦਾ ਵੀ ਬਾਜ਼ਾਰੀਕਰਨ ਹੋਇਆ ਲੇਕਿਨ ਮੋਸਟ ਇੰਪੋਰਟੈਂਟ ਚੀਜ਼ ਇਹ ਹੈ ਕਿ ਤੁਸੀਂ ਜੋ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਇੱਕ ਵਰਤ ਰੱਖਦੇ ਹੋ ਪੂਰੀ ਫੀਲਿੰਗ ਦੇ ਨਾਲ ਰੱਖਦੇ ਹੋ ਉਸੇ ਤਰੀਕੇ ਦੇ ਨਾਲ ਹੀ ਉਸੇ ਭਾਵਨਾ ਦੇ ਨਾਲ ਜਿਹਨੂੰ ਰੱਖੋ ਅਤੇ ਰਿਸ਼ਤਾ ਸਾਲੋ ਸਾਲ ਚੱਲਦਾ ਔਰ ਸਿਰਫ ਇੱਕ ਦਿਨ ਹੀ ਨਹੀਂ ਹਰ ਰੋਜ਼ ਉਹਦੀ ਪੂਜਾ ਹੋਵੇ ਫਿਰ ਤਿਉਹਾਰ ਮੰਨਿਆ ਜਾਂਦਾ ਸੋ ਜੀ ਤੁਹਾਨੂੰ ਸਾਰੀਆਂ ਸੁਹਾਗਣਾਂ ਨੂੰ ਤੁਹਾਨੂੰ ਸਾਰੇ ਕਪਲਸ ਨੂੰ ਕਰਵਾ ਚੌਥ ਦੀਆਂ ਬਹੁਤ ਸਾਰੀ ਮੁਬਾਰਕਾਂ ਔਰ ਇਸੇ ਤਰ੍ਹਾਂ ਹੀ ਹਰ ਸਾਲ ਤੁਸੀਂ ਖੁਸ਼ੀਆਂ ਖੇੜੇ ਮਨਾਉਂਦੇ ਰਹੋ ਰੇਡੀਓ ਸਪਾਈਸ ਤੋਂ ਮੈਂ ਰੀਮਾ ਕੈਮਰਾਮੈਨ ਮਹੇਸ਼ ਦੇ ਨਾਲ ਦੇਖਦੇ ਰਹੋ ਰੇਡੀਓ ਸਪਾਈਸ